ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਬਰਨਾਲੇ ਬਾਬਾ ਜੀ ਨੂੰ ਮਿਲ ਰਹੇ ਹਾਂ, ਜਿਨ੍ਹਾਂ ਦੇ ਵੀਡੀਓ ਜਾਂ ਇਹਨਾਂ ਦੀਆਂ ਫੋਟੋਆਂ ਵਗੈਰਾ ਫੇਸਬੁੱਕ ਅਤੇ ਵਟਸਐਪ 'ਤੇ ਮਿਲੀਆਂ ਸੀਗੀਆਂ, ਅਤੇ ਦੱਸਿਆ ਜਾਂਦਾ ਵੀ ਬਾਬਾ ਜੀ ਬਾਹਰੋਂ ਨੇ, ਅਤੇ ਇਹ ਬਾਬੇ ਬਾਰੇ ਦੱਸਣਗੇ ਵੀ ਆਪਣੀ ਇਹ ਆਮਦਨ ਦਾ ਸਾਧਨ ਬਾਬੇ ਕੋਲ ਇਹ ਤੋਤੇ ਆ ਇੱਕ, ਜਿਹੜੇ ਬੱਚਿਆਂ ਵਾਸਤੇ ਹੁੰਦੇ ਆ ਖਿਲੌਣੇ, 10 ਰੁਪਏ ਦਾ ਗਾ। ਅਤੇ ਬਾਬੇ ਤੋਂ ਆਪਾਂ ਪੁੱਛਦੇ ਹਾਂ ਬਾਬਾ ਜੀ ਕਦੋਂ ਕਦੇ ਆਏ ਆ ਬਾਬਾ ਜੀ, ਅਤੇ ਕਿੱਦਾਂ ਪ੍ਰਭਾਵਿਤ ਹੋਏ ਨੇ ਇਹ ਸਿੱਖੀ ਤੋਂ? ਹਾਂਜੀ ਬਾਬਾ ਜੀ ਕਦੋਂ ਆਇਆ ਤੁਸੀਂ? ਸਨ 71 ਜੀ। ਅੱਛਾ ਜੀ, ਸਨ 71 ਸਾਹਿਬ ਮੈਂ ਆਇਆ। ਅੱਛਾ ਅੱਛਾ। ਹਾਂ, ਇਹ ਆਨੰਦਪੁਰ ਬਸਤੀ ਮੇਰਾ ਤਪਾ ਮੰਡੀ ਫਾਟਕ ਕੁੜੇ ਮੇਰੇ ਮਕਾਨ ਹੈ ਜੀ, ਰਹਾਇਸ਼ ਜੀ। ਅੱਛਾ, ਉਹ ਪਰਿਵਾਰ ਸਹਿਤ ਹੈ। ਮੇਰੀ ਉਮਰ 74 ਵਰਸ ਉਮਰ ਹੈ ਜੀ। ਮੈਂ ਤੋਤੇ ਵੇਚਤਾ ਜੀ, ਇਹ ਪਟਨੇ ਸਾਹਿਬ ਸੀ ਮੈਂ ਆਇਆ। ਹਾਂ, ਪਟਨਾ ਸਾਹਿਬ ਜਨਮ ਲਈ ਆਨੰਦਪੁਰ ਡੇਰਾ ਲਾਏ, ਅੰਮ੍ਰਿਤਸਰ ਵਰਤਮਾਨ ਕੇ ਪੰਜਾਬ ਸਿੱਕਾ ਲਾਏ, ਸਤਿਗੁਰੂ ਪੰਜਾਬ ਸਿੱਕਾ ਲਾਏ। ਮੈਂ ਪੜ੍ਹੇ ਲਿਖੇ ਨਹੀਂ ਹੈ ਜੀ, ਗੁਰਬਾਣੀ ਜੋ ਹੈ ਉਹ ਅਮਲ ਹੋ ਜਾਤੇ ਜੀ। ਅਮਲ ਹੋ? ਹਾਂ, ਅਮਲ ਹੋ ਜਾਤੇ। ਮੈਂ ਪੜ੍ਹੇ ਲਿਖੇ ਹੈ ਨਹੀਂ ਜੀ, ਅਨਪੜ੍ਹ ਹੈ। ਅੱਛਾ, ਮੈਂ ਪਹਿਲੇ ਸਰਵਿਸਮੈਨ ਥੇ ਜੀ, ਹੁਣ ਤੋਤੇ ਕੀ ਕੰਮ ਕਰੇ ਇਹ ਕਾਹਦੇ ਵਿੱਚ? ਬਾਬਾ ਜੀ ਸਰਵਿਸਮੈਨ ਸੀ ਤੁਸੀਂ? ਮੈਂ ਪਹਿਲੇ ਗੈਂਗਮੈਨ ਥੇ ਇੰਜਰੀ ਡਿਪਾਰਟਮੈਂਟ NANF ਬੁਰਹਾਨਪੁਰ ਉੱਤੇ ਰੇਲ ਸਮਸਤੀਪੁਰ ਜੀ। ਅੱਛਾ ਅੱਛਾ। ਇਹ ਗੌਰਮੈਂਟ ਨੌਕਰੀ ਮੇਰੀ ਦੀਏ ਨੇ ਜੀ, ਕੱਚੇ ਮੈਂ ਥੇ। ਹੁਣ ਪੰਜਾਬ ਸਪਿਨਿੰਗ ਮਿਲਸ ਕੋਆਪਰੇਟਿਵ ਲਿਮਿਟੇਡ ਜੀ, 35 ਮੈਂ ਨੌਕਰੀ ਕੀ। ਨੌਕਰੀ ਸੇ ਜਬ ਅੰਮ੍ਰਿਤ ਬਾਣੀ ਹੋ ਗਏ, ਮੈਂ ਨੌਕਰੀ ਰੀਜ਼ਨ ਦੇ ਦੀ ਗੁਲਾਮ ਨੇ ਹੋਣਾ ਜੀ। ਅੱਛਾ। ਹਾਂ ਜੀ, ਮੈਂ ਗੁਲਾਮ ਨੇ ਹੋਣਾ, ਕਿਉਂ? ਸਿੱਖੀ ਧਰਮ ਗੁਲਾਮ ਨਹੀਂ ਹੋਤੇ ਜੀ। ਹਾਂ, ਇਸਮੇ ਲਿਖੇ ਹੈ ਅਲੋਸਮੈਂਟ ਇੰਡੀਅਨ ਇੰਡੀਅਨ ਪਰਮਿਸ਼ਨ ਅੰਮ੍ਰਿਤਧਾਰੀ ਸਿੱਖ ਉਂਗਲੀ ਹੈ ਜੀ, ਨਿਹੰਗ ਸਿੰਘ ਸੁਰਮਣੀ ਅਕਾਲੀ ਤਰਨਾ ਤਸਮੇਰ ਨਨਕਾਣਾ ਸਾਹਿਬ। ਹਾਂ ਜੀ ਬਾਬਾ ਜੀ, ਨਾਮ ਕੀ ਸੀ ਤੁਹਾਡਾ ਪਹਿਲਾਂ? ਮੇਰਾ ਨਾਮ ਜਗਦੀਸ਼ ਸਿੰਘ ਹੈ ਜੀ। ਹਾਂ, ਪਹਿਲਾਂ ਨਾਮ ਕੀ? ਪਹਿਲੇ ਨਾਮ ਜਗਦੀਸ਼ ਪਾਸਵਾਨ ਥੇ ਜੀ। ਪਾਸਵਾਨ? ਹਾਂ ਜੀ। ਹੁਣ ਚੇਂਜ ਹੋ ਗਿਆ ਬਾਬਾ? ਹਾਂ, ਹੁਣ ਅੰਮ੍ਰਿਤਧਾਰੀ ਪ੍ਰਭਾਵਿਤ ਹੋ ਗਿਆ ਤੁਸੀਂ? ਹਾਂ ਜੀ, ਹਾਂ ਜੀ, ਹਾਂ ਜੀ। ਠੀਕ ਆ ਬਾਬਾ ਜੀ। ਮੈਂ ਸੈਨਾ ਪਦੋੜ ਜੀ ਹੈ, ਸੈਨਾ ਅੰਮ੍ਰਿਤ ਬਾਣੀ ਉੱਥੇ ਹੋਈ ਹੈ ਜੀ, ਆਹ 30 ਹੋ ਗਏ ਅੰਮ੍ਰਿਤ ਬਾਣੀ ਹੋ ਜੀ। 30 ਜੀ ਬਾਬਾ ਜੀ, ਬਹੁਤ ਗੁਰੂ ਦੇ ਲਾਡ ਲੱਗੇ। ਮੇਰੀ ਘਰਵਾਲੀ ਵੀ ਸਿੰਘ ਬਣੇ। ਤੁਹਾਨੂੰ ਸਿੱਖ ਬਾਰੇ, ਸਿੱਖੀ ਬਾਰੇ ਤੁਹਾਨੂੰ ਪਤਾ ਕਿੱਥੋਂ ਲੱਗਿਆ ਸੀ? ਪਤਾ ਲੱਗੇ ਜੀ, ਮਹਾਰਾਜ ਕੀ ਕਿਰਪਾ ਹੈ, ਉਹ ਆਕਾਸ਼ਵਾਣੀ ਮੈਂ ਰਾਤ ਮੈਂ ਸੁੱਤੇ ਥੇ ਜੀ, ਸਪਨਾ ਆ ਗਿਆ ਜੀ। ਅੱਛਾ। ਹਾਂ, ਸਪਨੇ ਸੇ ਮੇਰੇ ਕੋਈ ਅਕਲ ਦੀਏ ਨਹੀਂ ਜੀ, ਇਹ ਤੋਂ ਮਾਲਿਕ ਕੀ ਕੁਦਰਤ ਹੈ ਜੀ। ਇਹ ਮੈਂ ਉਨਕੀ ਕਿਰਪਾ ਸੇ ਮੈਂ ਚਲਤੇ, ਕਰੇ ਕਰਾਵੇ ਨਾਮ ਧਰਾਵੇ, ਜੋ ਤੂੰ ਨਰਕ ਮੇ ਲੈ ਜਾਣਾ ਸਹੀ ਜਗ੍ਹਾ ਲੈ ਜਾਣਾ ਤੇਰੀ ਕੰਮ ਹੈ, ਮੇਰੀ ਕੋਈ ਜਾਣਕਾਰ ਹੈ ਨਹੀਂ ਜੀ, ਤੇਰੀ ਲੀਲਾ ਅਗਮਾ ਪਾੜ ਹੈ, ਤੇਰੇ ਸੇ ਵਰ ਕੇ ਕੁਛ ਨਹੀਂ ਹੈ ਸੰਸਾਰ। ਹਾਂ, ਇਸ ਜੀ ਇਹ ਮੈਂ ਇਹੀ ਕਰਕੇ ਮੈਂ ਚਲਾ ਰਹਾ ਹੂੰ, ਜੋ ਮੁੰਡੇ ਮੇਰੇ ਦੋ ਹੈ, ਮੈਂ ਕਿਸੀ ਕੇ ਮੂਹਰੇ ਹੱਥ ਨੇ ਫੈਲਾਣੇ ਕੇ ਮਹਾਰਾਜ ਸੇ ਅਰਜਿਤ ਕਰ, ਬਿਲਕੁਲ ਜੀ, ਜੋ ਮਹਾਰਾਜ ਕਿਰਤ ਕਮਾਏ। ਹਾਂ, ਕਿਰਤ ਕਰੋ ਨਾਮ ਜਪੋ ਵੰਡ ਸਕੋ, ਬਸ ਇਹੀ ਮੇਰਾ ਨਾਮ, ਬਾਬੇ ਨਾਨਕ ਦੇ ਰਾਹ ਤੇ ਚੱਲੇ, ਗੁਰੂ ਨਾਨਕ। ਹਾਂ ਜੀ, ਬਸ। ਅੱਛਾ ਅੱਛਾ ਬਾਬਾ ਜੀ, ਫਿਰ ਪਟਨਾ ਸਾਹਿਬ ਵੀ ਜਾਂਦੇ ਹੋ, ਤੁਹਾਡਾ ਪਰਿਵਾਰ ਵਗੈਰਾ ਹੈਗਾ ਉੱਥੇ ਵੀ? ਇੱਥੇ ਹੈ ਜੀ, ਸਾਰੇ ਪਟਨਾ ਸਾਹਿਬ ਇੱਥੇ ਹੈ ਜੀ। ਤੇ ਫਿਰ ਜਦੋਂ ਉੱਥੇ ਜਾਂਦੇ ਉੱਥੇ ਵੀ 10-12 ਦਿਨ ਰਹਿ ਕੇ? ਹਾਂ, ਉੱਥੇ ਮੇਰੀ ਪਿੰਡ ਹੈ ਜੀ, ਮੈਂ ਕੁਛ ਬਾਹੀ ਬੂਹੀ ਕਰਕੇ ਆਤੇ ਹੈ ਜੀ। ਅੱਛਾ ਅੱਛਾ, ਜ਼ਮੀਨ ਵੀ ਹੈਗੀ? ਹਾਂ, ਜ਼ਮੀਨ ਵੀ ਹੈ ਜੀ। ਤੋ ਇੱਥੇ ਮੇਰਾ ਤੁਹਾਨੂੰ ਬਾਬਾ ਜੀ ਯਾਨੀ ਕਿ ਸਕੂਨ ਮਿਲਦਾ ਇੱਦਾਂ ਕਿਰਤ ਕਰਕੇ? ਆਹ ਹਾਂ ਜੀ, ਹਾਂ ਜੀ, ਬੱਚਿਆਂ ਨੂੰ ਤੁਸੀਂ ਖਿਲਾਉਣੇ? ਹਾਂ ਜੀ, ਹਾਂ ਜੀ। ਉਹ ਜੋ ਇਹ ਕਿੱਥੇ ਲੈ ਕੇ ਆਉਣੇ ਬਾਬਾ ਜੀ? ਇਹ ਪਟਨੇ ਸਾਹਿਬ ਚ ਲਾਤੇ ਜੀ। ਅੱਛਾ। ਹਾਂ ਜੀ, ਇਹ ਖਿਲੌਣਾ ਮਾਰਕੀਟ ਹੈ ਸਿਟੀ ਪਟਨਾ ਜੀ। ਅੱਛਾ ਅੱਛਾ। ਹਾਂ ਜੀ, ਉੱਥੇ ਸਮਾਂ ਲਾਤਾ ਜੀ। ਠੀਕ ਹੈ। ਹਾਂ ਜੀ, ਤੇ ਬਾਬੇ ਦੇ ਤੁਹਾਨੂੰ ਯਾਨੀ ਕਿ ਗੁਰੂ ਗੋਬਿੰਦ ਸਿੰਘ ਬਾਰੇ ਕਾਫੀ ਜਾਣੇ ਕਿ ਪਤਾ ਗਾ? ਹਾਂ ਜੀ, ਹਾਂ ਜੀ, ਹਾਂ ਜੀ। ਉੱਥੇ ਉਨਕਾ ਗੁਰੂ ਗੋਬਿੰਦ ਰਾਈ ਥੀ। ਅੱਛਾ ਜੀ। ਹਾਂ, ਤੋ ਆਪੇ ਗੁਰੂ ਆਪੇ ਚੇਲਾ, ਜਬ ਇਹ ਜੰਕਰ ਨਿਕਲੇ ਉਨਕੀ, ਇਹ ਤੋ ਮਨੁਸ਼ ਰੂਪ ਧਾਰਨ ਕਰਕੇ ਆਏ ਜੰਕਰ ਨਿਕਲੇ ਜੀ। ਅੱਛਾ ਅੱਛਾ। ਹਾਂ ਜੀ, ਅੱਛਾ। ਤੋ ਯਹਾਂ ਪਰ ਆ ਕੇ ਉਹੀ ਅੰਮ੍ਰਿਤ ਬਾਣੀ ਮੈਂ ਵੀ ਹੋ ਗਈ। ਅੱਛਾ। ਹਾਂ ਜੀ,
ਜਿਵੇਂ ਉਹਨਾਂ ਨੇ ਲਾ ਲੋ ਇੱਕ ਜ਼ੁਲਮ ਦਾ ਟਾਕਰਾ ਕੀਤਾ, ਸਾਰੀ ਇਨਸਾਨੀਅਤ ਆ ਇੱਕ ਆ, ਲੋਕ ਇੱਕ ਆ, ਸਾਰਾ ਕੁਛ ਇੱਕੋ ਇੱਕ ਰੂਪ ਧਾਰਨ ਕੀਤਾ ਸੀਗਾ, ਠੀਕ ਆ, ਇੱਕ ਵਿਰੋਧ ਕਰਨ ਵਾਸਤੇ ਜ਼ੁਲਮ ਦਾ, ਹਾਂਜੀ ਹਾਂਜੀ ਹਾਂ, ਠੀਕ ਆ, ਜਿੱਦਾਂ ਬਾਬੇ ਦੇ ਆਖਿਆ ਹੋਇਆ ਮਾਨਸ ਕੀ ਜਾਤ ਸਭ ਇੱਕ ਇੱਕ ਹੈ, ਇੱਕ ਨੂਰ ਸੇ ਪੈਦਾ ਹੋਆ ਕੌਣ ਭਲੇ ਕੌਣ ਮੰਦੇ, ਕੁਦਰਤ ਕੇ ਸੰਬੰਧੇ, ਹਾਂ ਕੁਦਰਤ ਦੇ ਸਭ ਕੁਦਰਤ ਇੱਕ ਕੀ ਬੰਦਾ, ਇਹ ਜ਼ੁਲਮ ਕਾ ਖਿਲਾਫ ਹੈ ਜੋ ਨਾ ਹਿੰਦੂ ਪਿਆਰ ਹੈ ਨਾ ਸਿੱਖ ਪਿਆਰ ਹੈ ਨਾ ਮੁਸਲਮਾਨ ਪਿਆਰ ਹੈ ਨਾ ਹਿੰਦੂ ਪਿਆਰ ਹੈ, ਇਹ ਅਨਿਆਇ ਕਾ ਵਿਰੋਧੀ ਹੈ ਜੀ, ਹਾਂ ਅਨਿਆਇ ਬਿਲਕੁਲ ਬਾਬਾ ਜੀ। ਤੇ ਤੁਸੀਂ ਇੱਥੇ ਆਪਦਾ ਹੁਣ ਯਾਨੀ ਕਿ ਮਿਹਨਤ ਕਰਕੇ ਕਰ ਰਹੇ ਹੋ? ਹਾਂ ਹਾਂ ਜੀ, ਕਿ ਕਮਾਈ ਆਪਣਾ ਕਰ ਰਹੇ ਹਾਂ ਜੀ, ਕਰ ਰਹੇ ਹਾਂ, ਕਭੀ ਟ੍ਰੇਨ ਮੇਂ ਬੀਤੇ ਕਭੀ ਮੇਲਾ ਬੀਤੇ ਹੈ ਜੀ, ਕਭੀ ਜੋ ਬਸ ਅੱਡੇ ਮੇਂ ਬੀਤੇ ਹੈ ਜੀ, ਮੇਰੀ ਕੋਈ ਅੰਤ ਨਹੀਂ ਹੈ ਜੀ, ਕਿਧਰ ਜਾਣਾ ਕਿਧਰ ਨਹੀਂ, ਅੱਛਾ ਮਾਲਿਕ ਜਿੱਧਰ ਵੇਚਦੀ ਹੈ ਉਧਰੇ ਚਲਾ ਗਿਆ ਜੀ, ਹਾਂ ਗਿਆਨ ਹੋ ਗਿਆ ਬਾਬਾ ਜੀ। ਫਿਰ ਕੀ ਯਾਨੀ ਕਿ ਆਪਣੇ ਲੋਕਾਂ ਨੂੰ ਤੇ ਆਪਣੇ ਦੁਨੀਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਕਿੱਦਾਂ ਰਹਿਣਾ ਚਾਹੀਦਾ ਆਪਾਂ ਨੂੰ? ਇਹ ਮੈਂ ਕਹਤੇ ਜੇ ਭਾਈ ਸਿੱਖੀ ਧਰਮ ਇਹ ਜ਼ੁਲਮ ਕਾ ਖਿਲਾਫ ਹੈ, ਇਹ ਬੋਲਤੇ ਕਿਤਨੇ ਜੇ ਸ਼ਸਤਰ ਕਿਉਂ ਲੱਖੇ, ਇਹ ਲੱਖੇ ਹੈ ਜੋ ਜ਼ੁਲਮ ਕਾ ਖਿਲਾਫ ਹੈ, ਜੋ ਮੇਰੇ ਵੀ ਜ਼ੁਲਮ ਹੁੰਦਾ, ਹਾਂ ਜੋ ਕੋਈ ਮੇਰੀ ਸਾਥ ਮੈਂ ਇੱਕ ਵਾਰ ਸਮਝਾ ਰਹਿਤ ਪਿਆਰਾ, ਹਾਂਜੀ ਹਾਂਜੀ ਰਹਿਤ ਪਿਆਰਾ, ਜੋ ਜਿਸ ਕੀ ਮੈਂ ਦਜਾ ਹਰਮ ਨਹੀਂ ਹੈ ਉਹ ਕੋਈ ਨਹੀਂ ਮੇਰਾ ਲੱਗਦਾ ਹੈ, ਮੈਨੂੰ ਸਿੱਖ ਪਿਆਰਾ ਨਹੀਂ, ਸਿੱਖ ਤੋਂ ਪਹਿਲਾਂ ਰਹਿਤ ਪਿਆਰੀ, ਰਹਿਤ ਪਿਆਰਾ, ਬਿਲਕੁਲ ਬਾਬਾ ਜੀ। ਪੰਕਤੀਆਂ ਬਹੁਤ ਹੋਈਆਂ ਬਾਬਾ ਜੀ, ਨਾਲੇ ਤੁਸੀਂ ਕਹਿੰਦੇ ਹੋ ਮੈਂ ਸਿੱਖਿਅਤ ਨਹੀਂ ਹੈਗੇ, ਕੁਛ ਪੜ੍ਹੇ ਨਹੀਂ ਹੋਏ ਫਿਰ ਵੀ ਤੁਹਾਨੂੰ ਇੰਨਾ ਪਤਾ, ਹਾਂਜੀ ਹਾਂਜੀ ਗਿਆਨ ਹੈਗਾ, ਹਾਂਜੀ ਗਿਆਨ, ਅੱਛਾ ਅੱਛਾ, ਇਹ ਤੋਂ ਬ੍ਰਹਮ ਗਿਆਨ ਹੈ, ਬ੍ਰਹਮ ਗਿਆਨ ਦੇ ਵਿਗਿਆਨ ਸੇ ਹਮ ਚੱਲ ਰਹੇ ਹੈ ਜੀ, ਅੱਛਾ ਅੱਛਾ, ਹਾਂਜੀ ਮੇਰੇ ਬ੍ਰਹਮ ਗਿਆਨ ਹੈ, ਦੇ ਵਿਗਿਆਨ ਕੀ ਕਿਆ ਪਤਾ ਹੈ, ਬ੍ਰਹਮ ਹੈ ਇਹ ਜੋ ਬੋਲ ਰਹੇ ਹੈਂ, ਔਰ ਦੀਪ ਗਿਆਨ ਹੋ ਜੇ ਰਾਤ ਮੇਂ ਸੋਤੇ ਹੈ ਸਪਨੇ ਤੁਸੀਂ ਕਾ ਤਸਵੀਰ ਮੇਰੇ ਸਾਹਮਣੇ ਆ ਜਾਤੇ ਹੈ, ਹਾਂ ਹਾਂ, ਤੋ ਇਸੀ ਇਹ ਦੀਪ ਗਿਆਨ ਹੋਤੇ ਜੀ, ਹਾਂ ਬਿਲਕੁਲ, ਹੈਂ ਤੋ ਇਸੀ ਲਈ ਬ੍ਰਹਮ ਕੌਣ ਹੋਇਆ, ਸ਼ੂਦਰ ਕੌਣ ਹੈ, ਛਤਰੀ ਕੌਣ ਹੈ, ਬੈਸ ਕੌਣ ਹੈ, ਇਹ ਸਾਰੀ ਅੰਗ ਮੈਂ ਪਤਾ ਹੈ, ਕਿਸੇ ਬੰਦੇ ਕੋ ਪਤਾ ਨਹੀਂ, ਨਹੀਂ ਹੈ, ਖੂਨ ਸਭ ਦਾ ਇੱਕ ਆ, ਇੱਕ ਹੈ ਜੀ, ਇੱਕ ਆ, ਹਾਂ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ ਚਾਹੇ ਹਿੰਦੂ ਆ ਚਾਹੇ ਇਸਾਈ ਆ, ਹਾਂ ਠੀਕ ਹੈ, ਇੱਕ ਹੈ, ਸਭ ਤੋਂ ਵੱਡੀ ਬਾਬਾ ਜੀ ਹੁੰਦੀ ਆ ਇਨਸਾਨੀਅਤ, ਇਨਸਾਨੀਅਤ, ਇਨਸਾਨੀਅਤ ਹੋਣੀ ਜ਼ਰੂਰੀ ਆ, ਰਹਿਣਾ ਕੀ ਹੈ ਇੱਥੇ, ਕਿਸੇ ਕੋ ਨਹੀਂ ਆਉਣਾ, ਕੁਛ ਨਹੀਂ ਰਹਿਣਾ, ਨਾ ਤਾਂ ਦੌਲਤ ਨਾ ਕੁਛ ਮਾਇਆ ਨਾ ਕੁਛ ਨਾ ਕੁਛ ਨਹੀਂ, ਠੀਕ ਆ, ਹਾਂਜੀ, ਦੇਖੋ ਆਪਾਂ ਆਪਣੀ ਲਾਈਫ ਦੇ ਜਿਹੜੇ ਜਿਵੇਂ 50 ਵਰਿਆਂ ਦੇ ਆ ਤਾਂ ਮੇਰੇ ਹਿਸਾਬ ਨਾਲ ਆਪਾਂ 20 ਕੁ ਵਰੇ ਜਾਗਦੇ ਆ, ਆਹੋ ਆਹੋ, ਕਿੰਨੇ ਵਰੇ ਤਾਂ ਆਪਾਂ ਸੋਏ ਰਹਿੰਦੇ ਆ, ਦੇਖੋ 12 ਘੰਟੇ 8 ਘੰਟੇ ਆਪਾਂ ਸੋ ਜਾਂਦੇ ਆ, ਠੀਕ ਆ, ਤੇ ਉਹੀ ਜਾ ਕੇ ਤੇ ਆਪਣੀ ਉਮਰ 16-17 ਸਾਲ ਆਪਾਂ ਨੂੰ ਕੁਝ ਪਤਾ ਨਹੀਂ ਲੱਗਦਾ, ਕੁਝ ਬਾਅਦ ਜਦੋਂ ਆਪਾਂ ਨੂੰ ਕੋਈ ਪਤਾ ਲੱਗਦਾ ਤਾਂ ਉਦੋਂ ਆਪਾਂ ਗਲਤ ਚੀਜ਼ਾਂ ਵੱਲ ਤਰੇ ਜਾਂਦੇ, ਹਾਂਜੀ ਹਾਂਜੀ, ਤੇ ਇਸ ਲਈ ਜਿਹੜਾ ਆਪਾਂ ਨੂੰ ਇਨਸਾਨੀਅਤ ਨੂੰ ਸਮਝਣਾ ਚਾਹੀਦਾ ਵੀ ਇੱਥੇ ਕੁਦਰਤ ਦੀ ਕਾਇਨਾਤ ਨੂੰ ਮੰਨਣਾ ਚਾਹੀਦਾ, ਠੀਕ ਹੈ ਨਾ, ਇਹੀ ਆ ਗੁਰਬਾਣੀ ਵੀ ਕਹਿੰਦੀ ਆ, ਕੁਰਾਨ ਵੀ ਕਹਿੰਦਾ ਸਾਰੇ ਵੀ ਕੁਦਰਤ ਦੀ ਹਰ ਪਲ ਨੂੰ ਮਾਣੋ, ਜੀਓ ਤੇ ਜੀਣ ਦਿਓ, ਜੀਣੇ ਦਿਓ ਜੀ, ਇਹ ਚੀਜ਼, ਚਲੋ ਠੀਕ ਆ ਬਾਬਾ ਜੀ, ਤੁਹਾਡੇ ਨਾਲ ਮਿਲ ਕੇ ਬਹੁਤ